subscribe our channel for latest updates. ਨੈਸ਼ਨਲ ਬਾਕਸਰ ਤੋਂ ਇੱਕ ਨਾਮੀ ਗੈਂਗਸਟਰ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਰਵੀ ਦਿਓਲ ਨੇ ਬੇਸ਼ੱਕ ਕਈ ਸਾਲ ਪੁਲਿਸ ਦੇ ਨਾਲ ਲੁਕਣ ਛੁਪੀ ਦੇ ਬਾਅਦ ਕੱਲ੍ਹ ਸੰਗਰੂਰ ਦੀ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ, ਜਿਸ ਦੇ ਬਾਅਦ ਰਵੀ ਦਿਓਲ ਦਾ ਪਰਿਵਾਰ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਇਆ ਅਤੇ ਪਰਿਵਾਰ ਦਾ ਕਹਿਣਾ ਕਿ ਰਵੀ ਦਿਓਲ ਨੇ ਆਤਮ ਸਮਰਪਣ ਕਰਕੇ ਬਹੁਤ ਚੰਗਾ ਕੰਮ ਕੀਤਾ ਕਿਉਂਕਿ ਰਵੀ ਅਤੇ ਉਹਨਾਂ ਨੂੰ ਖੁਦ ਨੂੰ ਕਾਨੂੰਨ 'ਤੇ ਪੂਰਾ ਭਰੋਸਾ। ਪਰਿਵਾਰ ਨੇ ਪੁਲਿਸ ਤੇ ਰਵੀ ਦਿਓਲ ਤੇ ਪਿਛਲੇ ਸਾਲਾਂ ਵਿੱਚ ਦਰਜ ਕੀਤੇ ਗਏ ਮਾਮਲਿਆਂ ਨੂੰ ਝੂਠਾ ਕਰਾਰ ਦਿੱਤਾ ਅਤੇ ਪੁਲਿਸ ਤੇ ਰਵੀ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਇੱਕ ਸਾਜ਼ਿਸ਼ ਕਰਾਰ ਦਿੱਤਾ। ਦੇਖੋ ਜੀ, ਬਾਲੀਆਂ ਗੱਲਾਂ ਤਾਂ ਮੈਂ ਜਾਣਦਾ ਹਾਂ, ਜਿਹੜਾ ਉੱਥੇ ਇੱਥੇ ਵੇਵ ਸੀ ਉਹਦਾ ਬਹੁਤ ਵਧੀਆ ਸੀ, ਸ਼ਹਿਰ ਦੇ ਵਿੱਚ ਮੁਹੱਲੇ 'ਚ ਸਾਰੇ ਸਾਡੇ ਨਾਲ, ਅਤੇ ਉਸ ਤੋਂ ਬਾਅਦ ਇਹ ਪੁਲਿਸ ਨੇ ਪਤਾ ਨਹੀਂ ਕਿਵੇਂ ਇਹਨੂੰ ਉਹ ਕਰ ਲਿਆ ਸਾਨੂੰ ਇਸ ਬਾਰੇ। ਬੋਕਸਿੰਗ ਕਰਦਾ ਸੀ, ਖੇਡਣ ਜਾਂਦਾ ਸੀ, ਮੈਨੂੰ ਆ ਕੇ ਦੱਸ ਦਿੰਦਾ ਸੀ ਵੀ ਮੈਂ ਆਹ ਮੈਡਲ ਲੈ ਕੇ ਆਇਆ। ਹੁਣ ਇੰਨੇ ਸਾਲ ਹੋ ਗਏ, ਮੇਰੇ ਵੀ ਯਾਦ ਨਹੀਂ ਕਿ ਉਮਰ 70 ਸਾਲ ਦੀ ਹੋ ਗਈ, ਠੀਕ ਹੈ। ਬਸ ਇਹਨਾਂ ਦਾ ਮੈਨੂੰ ਆਇਆ ਸੀ ਮੇਰਾ ਬੇਟਾ ਪਲੇਅਰ ਹੈ। ਕਿੰਨੇ ਦਿਨਾਂ ਕਿੰਨੇ ਸਾਲਾਂ ਤੋਂ ਘਰ ਨਹੀਂ ਆਇਆ, ਕਿਸ ਤਰ੍ਹਾਂ? ਤਕਰੀਬਨ ਜੀ 11 ਜਾਂ 12 ਸਾਲ। ਅੱਛਾ ਜੀ, ਬਿਲਕੁਲ ਉਹਦੀ ਮੈਂ ਸ਼ਕਲ ਨਹੀਂ ਦੇਖੀ, ਅੱਜ ਵੀ ਦੂਰੋਂ ਦੇਖੀ ਆ। ਫਤਿਹਗੜ੍ਹ ਦਾ ਜੀ, ਮੈਂ ਤਾਂ ਇੱਥੇ ਇਕੱਲਾ ਹੀ ਸੀਗਾ ਘਰੇ, ਪੁਲਿਸ ਆਈ, ਉਹਨੇ ਕੁੰਡਾ ਖੜਕਾਇਆ, ਮੈਂ ਕਿਹਾ ਜੀ ਕੌਣ? ਕਹਿੰਦੇ ਫਤਿਹਗੜ੍ਹ ਸਭ ਪੁਲਿਸ। ਮੈਂ ਕੁੰਡਾ ਖੋਲ੍ਹਤਾ, ਉਸ ਤੋਂ ਬਾਅਦ ਮੇਰਾ ਮੈਂ ਇਕੱਲਾ ਹੀ ਸੀ ਘਰੇ। ਕਹਿੰਦੇ ਕੁੰਡਾ ਖੋਲ੍ਹ ਦਿਉ ਤੁਸੀਂ। ਮੈਂ ਕਿਹਾ ਜੀ ਤੁਸੀਂ ਖੋਲ੍ਹੋ। ਉਹ ਕਹਿੰਦੇ ਨਹੀਂ ਤੁਸੀਂ ਖੋਲ੍ਹੋ। ਮੈਂ ਖੋਲ੍ਹਿਆ, ਅੰਦਰ ਜਾ ਕੇ ਕੋਈ ਉਹਨਾਂ ਨੇ ਕੁਛ ਨਹੀਂ ਉਹ ਕਰਿਆ, ਮਾੜਾ ਮੋਟਾ ਫੋਟੋ ਲਈਆਂ ਨੇ ਅਤੇ ਵੀ ਕੋਠੇ 'ਤੇ ਚੜ੍ਹ ਗਏ, ਦੋ ਕੁਛ ਪਾਈ, ਉਹ ਪਾਥੀਆਂ ਇੱਧਰ ਉੱਧਰ ਮਾਰਨ ਲੱਗੇ। ਉਹ DSP ਨੇ ਕਿਹਾ, ਕਹਿੰਦਾ ਪਾਥੀਆਂ 'ਚੋਂ ਕੀ ਨਿਕਲਣਾ ਵੀ ਜਿਹੜਾ ਕੁਛ ਹੁੰਦਾ ਜੇ ਇੱਥੇ ਹੁੰਦਾ। ਅਤੇ ਉਸ ਤੋਂ ਬਾਅਦ ਖਾਲੀ ਚਲੇ ਗਏ ਅਤੇ ਮੈਨੂੰ ਉੱਥੇ ਲਿਜਾ ਕੇ ਕਹਿੰਦੇ ਹਰਮੀਤ ਸਿੰਘ ਤੇਰਾ ਕੀ ਲੱਗਦਾ? ਮੈਂ ਭਤੀਜਾ। ਕਹਿੰਦੇ ਉਹਦੇ ਘਰ ਜਾ ਸਕਦਾ? ਮੈਂ ਹਾਂਜੀ ਹਾਂ ਜਾ ਸਕਦਾ। ਮੈਨੂੰ ਲੈ ਕੇ ਗਏ ਨੇ, ਮੈਨੂੰ ਗੱਡੀ 'ਚੋਂ ਨਹੀਂ ਉਤਰਨ ਦਿੱਤਾ। ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਵੀ ਮੇਰੇ ਭਤੀਜੇ ਨਾਲ ਕੀ ਗੱਲ ਕਰੀਏ। ਮੇਰਾ ਭਾਣਜਾ ਜੀ। ਤੁਸੀਂ ਰਵੀ ਦਿਓਲ ਨੂੰ ਤੁਹਾਡਾ ਬੱਚਿਆਂ ਵਰਗਾ ਜੀ ਕਿਸ ਤਰ੍ਹਾਂ ਦਾ ਸੀ, ਵਿਆਹ ਕੀ ਕਰਦਾ ਸੀਗਾ ਅਤੇ ਸਪੋਰਟਸ ਦੇ ਵਿੱਚ ਕਿਸ ਤਰ੍ਹਾਂ ਨਾਮ ਕਮਾਇਆ ਸੀ? ਉਹਨੇ ਜੀ ਪਹਿਲਾਂ ਤਾਂ ਅਥਲੀਟ ਸੀ, ਫਿਰ ਉਹ ਬੋਕਸਿੰਗ ਦੇ ਵਿੱਚ ਬੋਕਸਿੰਗ ਖੇਡਣ ਲੱਗਾ। ਬੜਾ ਤਕੜਾ ਅਥਲੀਟ ਪਲੇਅਰ ਸੀ, ਪਲੇਅਰੀ ਕਰਦਾ ਸੀ। ਕੋਈ ਅਸੀਂ ਉਹਦੀ ਇਹੋ ਜਿਹੀ ਗੱਲ ਨਹੀਂ ਸੁਣੀ ਸੀ ਵੀ ਉਹ ਕਿਤੇ ਕਿਸੇ ਨਾਲ ਲੜਾਈ ਝਗੜੇ ਜਾਂ ਇਹੋ ਜਿਹਾ ਕਰਦਾ ਹੋਵੇ ਜਾਂ ਕੋਈ ਆਹ ਜਿਹੜੀ ਪੁਲਿਸ ਨੇ ਗੱਲ ਕੀਤੀ ਇਹ ਨਜਾਇਜ਼ ਕੀਤੀ, ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਆਹ ਗੱਲ ਕੀਤੀ ਤਾਂ ਅਸੀਂ ਉਹਦੇ 'ਚ ਕਾਨਫਰੰਸ ਕੀਤੀ ਜੀ। ਇੱਥੇ ਆ ਕੇ ਮੈਂ ਕੀਤੀ, ਮੈਂ ਜਥੇ ਬੰਦੇ ਉੱਪਰ ਦਾ ਏਜੰਟ ਵੀ ਹਾਂ, ਅਸੀਂ ਕਾਨਫਰੰਸ ਕੀਤੀ ਆ। ਕਾਨਫਰੰਸ ਜੇ ਪੁਲਿਸ ਨੇ ਉਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ, ਜੇ ਉਹ ਪੁਲਿਸ ਸੱਚੀ ਸੀ ਤਾਂ ਪੁਲਿਸ ਆਪਦੀ ਖੰਡਨ ਕਰਦੀ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।